حضرت پاک شمع اللہ صلی اللہ علیہ رسول اللہ میرے آقا فرمایا میں علم کا شہر ہاں تے مولا علی دروازہ ہے تے میں دروازے تو نوکری شروع کرن لگا دو اشعار پڑھ کے تڑا جس سے قسم تسی کنے ذوق وچ بیٹھے ہو بس یار منا لے بس یار منا لے درنو حسنین دم من جاسی بس یار منا لے درنو حسنین دم من جاسی مد گیا باب سہرادا جے من گیا باب سہرادا تینو سارا زمانہ من جاسی جے من گیا باب بزم سجائی جا تو گیت علی دے گائی جا حیدر جی بزم سجائی جا تو گیت علی دے گائی جا اور اسے آیا ربی چنگا بخت ہوئے تے اے حاکم پھر پیار علی دا ملدا اے اس گل نو بھل گر نہیں بلنا بہلول سیاڑا اس گل مل کے نہیں بلنا بہلول سیاڑا من جاسی جے من گیا باب مہربانی دروازے دی کہ میں شہر تک آمد دیتا تو ہن میں اس بارگاہ چلے جتھے 70,000 فرشتہ صبح نوکری دیندا ہے
ਤੇ 70,000 ਸ਼ਾਮ। ਭਾਈ ਸੁਭਾਨ ਅੱਲਾਹ ਕਹਿ ਲਓ, ਮੈਨੂੰ ਕਸਮ ਹੈ ਕਸ਼ਮੀਰ ਪਤਾ ਨਹੀਂ ਕਰਨਾ। ਸੁਭਾਨ ਅੱਲਾਹ, ਸੁਭਾਨ ਅੱਲਾਹ ਦਾ ਮਤਲਬ ਅੱਲਾਹ ਪਾ ਕੇ ਥੋੜ੍ਹਾ ਜਿਹਾ ਜ਼ਿਹਨ ਬਣਾਓ, ਬਾਅਦ ਖਿਤਾਬ ਵੀ ਹੋਣਾ ਅੱਜ ਕੋਈ ਕਿਹਾ ਵੀ ਸ਼ਾਇਦ ਤੇਰਾ जो बच गई जिंदगी दिल दे तेरी नात सुने दे अबे बजा। जो बच गई जिंदगी दिल दे तेरी नात सुने ਸ਼ਾਲਾ ਹਸਨ ਹੁਸੈਨ ਦੇ ਨਾਮ ਦੀ ਗੱਲ ਬਾਤ ਗਲੇ ਦੇ ਬਜਾ। ਸ਼ਾਲਾ ਹਸਨ ਹੁਸੈਨ ਦੇ ਨਾਮ ਦੀ ਗੱਲ ਬਾਤ ਗਲੇ ਦੇ ਬਜਾ। ਜੋ ਬਚ ਗਈ ਜ਼ਿੰਦਗੀ ਦਾਖਲ ਹੋ ਗਏ ਇਸਲਾਮ ਤੋਂ ਬਾਅਦ 1, 2, 3, 4, 5 10 ਤੋਂ 15 ਮਿੰਟ ਦੀ ਹਾਜ਼ਰੀ ਦੇ ਵਿੱਚ ਖੜਾ ਮੈਂ।
ਤਜੋ ਫਰਮਾਣਾ ਪੰਨੇ ਚੋ ਪਹਿਲਾ ਸ਼ੇਰ ਸ਼ਬੀਰ ਕੇ ਆਲੋ ਕੋ ਉੱਚੀ ਜ਼ਾਤ ਵੀ ਸਾਡੀਏ ਸ਼ਬੀਰ ਕੇ ਆਲੋ ਕੋ ਉੱਚੀ ਜ਼ਾਤ ਵੀ ਸਾਡੀਏ ਅੱਛਾ ਉਹਨਾਂ ਨੇ ਕਿਹੜੀ ਹੋਰ ਕੀਤੀ ਤੁਹਾਡੇ ਤੇ ਮੇਰੇ ਮੌਲਾ ਫਰਮਾ ਲਗੇ ਕਿਸੇ ਹੋਰ ਦੀ ਨਹੀਂ ਵੱਲਾ ਕਾਇਨਾਤ ਵੀ ਸਾਡੀ ਕਿਸੇ ਹੋਰ ਦੀ ਨਹੀਂ ਵੱਲਾ ਕਾਇਨਾਤ ਵੀ ਸਾਡੀ ਹੋਰ ਤੱਕ ਮੈਂ ਤਾਂ ਰੁਕਿਆ ਵੀ ਸਮਾਜ ਰੱਖੋ ਜਾਂ ਨਾ ਕਹੋ ਤੁਹਾਡਾ ਮੇਰਾ ਵਾਅਦਾ ਇਸ ਤੋਂ ਬਾਅਦ ਨਹੀਂ ਕਹੋ ਲੋ ਸਵਾਲ ਲੈਕੋ ਜਾਂ ਰੱਖੋ ਮੈਂ ਸੁਣਾ ਕੇ ਚਲਾ ਜਾਣਾ ਫਿਰ ਵੀਡੀਓ ਲੈਣਾ ਤੇ ਫਿਰ ਭਾਵੇਂ ਮੇਰਾ ਨੰਬਰ ਲੈ ਕੇ ਸਵਾਲ ਨਾ ਦਿਓ ਉਹ ਤੁਹਾਡਾ ਮੁਕੱਦਰ ਹੋਣਾ ਲੇਕਿਨ ਫਿਰ ਨਾਲ ਸੁਣਦੇ ਜਾਓ ਦੁਸ਼ਮਣ ਕਹੇ ਜੀ ਇਸ ਤੋਂ ਮੈਂ ਇਸ ਦਾਅਵਾ ਵੀ ਕਹਿਣਾ ਸਾਡੀ ਸ਼ਾਹ ਜੀ ਵੀ ਹੋਰ ਕੀ ਤੁਹਾਡਾ ਤੇ ਮੇਰੇ ਮਨੋਂ ਮੁਸਕਰਾ ਕੇ ਦੁਸ਼ਮਣ ਨੇ ਜਵਾਬ ਦਿੱਤਾ ਕਿਆ ਚੱਲ ਤੁਸੀਂ ਰੋਜ਼ ਅਜ਼ਾਨ ਸੁਣਦੇ ਹੋ ਇੱਕ ਸ਼ੇਰ ਤੇ ਗੌਰ ਕਰਨਾ ਅੱਲਾਹ ਤਾਲਾ ਦਾ ਸਲਾਮਤ ਰੱਖੇ ਉਹ ਅਜ਼ਾਨ ਸੁਣਨੇ ਤੇ ਫਿਰ ਇੱਕ ਸ਼ੇਰ ਤੇ ਗੌਰ ਕਰੋ ਕਿਆ ਮਿੰਬਰ ਤੇ ਮੁਅੱਜ਼ਿਨ ਨੇ ਜੋ ਕਹੀਏ ਅਜ਼ਾਨ ਪਾਣੀ ਨੂੰ ਤੁਸੀਂ ਪੀਰ ਪਹਿਲੀ ਦੇ ਜਿਸ ਸਮਝੋ ਜਾਨਾ ਸਮਝੋ ਫਰਾਤ ਵੀ ਸਾਡੀ ਤੁਸੀਂ ਸਮਝੋ ਜਾਨਾ ਸਮਝੋ ਫਰਾਤ ਵੀ ਸਾਡੀ ਨਹੀਂ ਸਲਾਮ ਦੀ
اس کلام کے بعد میں ٹوٹل دو اشعار اس کلام ایک شعر میں مولانا علی پاک کی بارگاہ پڑھنا ہے اور ایک شعر مولانا حسین پاک کی بارگاہ اور میں اجازت دیتا ہوں اس کلام کے بعد توجہ کرو آنے والے دو کلاموں میں ایک ایک شعر پڑھا ہوا کہ شاید اس وقت ایک ہی شعر پڑھ کے بتاتا ہوں لگائے سب پتہ پھر زندگی نے ملے چلو میں پڑھے واقعہ سے پڑھ دوں میرا اپنا دل کہہ رہا ہے مدینے میرا دل بھی تو اپنے ساتھ لے جا کیوں مدینے جا رہا ہے اکیلا Yeah.
ਵਰ ਗਜ਼ਮਾ ਕੋਈ ਪੀਰ ਵੀ ਖਾਵੇ ਲੋ ਐਨੀ ਵਰ ਗਜ਼ਮਾਨੇ ਤੇ ਕੋਈ ਪੀਰ ਵੀ ਖਾਵੇ ਲੋ ਸਿੱਖ